ਬਟਾਲਾ ਵਿੱਚ ਇੱਕ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਫਤਿਹ ਜੰਗ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਲੋਕ ਸਭਾ ਚੋਣਾਂ 2024 ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹ ਇਸ ਲਈ ਦੇਸ਼ ਭਰ ਵਿੱਚ 160 ਲੋਕ ਸਭਾ ਹਲਕਿਆਂ 'ਚ ਲੋਕ ਸਭਾ ਚੋਣ ਰੈਲੀਆਂ ਕੀਤੀਆਂ ਜਾਣਗੀਆਂ ਜਿਸ ਦੇ ਤਹਿਤ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਗੁਰਦਾਸਪੁਰ ਸ਼ਹਿਰ 'ਚ 18 ਜੂਨ ਨੂੰ ਭਾਜਪਾ ਪਾਰਟੀ ਦੀ ਲੋਕ ਸਭਾ 2024 ਦੀ ਸ਼ੁਰੂਆਤ ਕਰਦੇ ਹੋਏ ਇੱਕ ਇਤਿਹਾਸਿਕ ਰੈਲੀ ਕੀਤੀ ਜਾਵੇਗੀ ਜੋ ਕਿ ਇਤਿਹਾਸਿਕ ਸਾਬਿਤ ਹੋਵੇਗੀ। ਉਹਨਾਂ ਕਿਹਾ ਕਿ ਅੱਜ ਭਾਜਪਾ ਪਾਰਟੀ ਦੇ ਖਿਲਾਫ ਕੋਈ ਵੀ ਰਾਜਨੀਤਿਕ ਪਾਰਟੀ ਮਜ਼ਬੂਤ ਸਥਿਤੀ ਵਿੱਚ ਨਹੀਂ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਵੱਡਾ ਵਿਕਾਸ ਕੀਤਾ ਗਿਆ ਹੈ। 160 ਕੰਸਟੀਚੂਐਂਸੀ ਆਲ ਓਵਰ ਇੰਡੀਆ ਆਈਡੈਂਟੀਫਾਈ ਕੀਤੀ ਹੈ ਜਿੱਥੇ ਜਾ ਕੇ ਭਾਰਤੀ ਜਨਤਾ ਪਾਰਟੀ ਆਪਣੀ ਰੈਲੀਜ਼ ਰੱਖ ਲੋਕਾਂ ਨਾਲ ਕਨੈਕਟ ਕਰ ਪੰਜਾਬ ਦੇ ਲੋਕਾਂ ਦੀ ਜਿਹੜਾ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਲੋਕਾਂ ਦੀ ਕੀ ਚਾਹੁੰਦੇ ਨੇ ਇਸ ਨੂੰ ਸਮਝਣਾ ਚਾਹ ਰਹੀ ਹੈ ਪਾਰਟੀ। ਔਰ ਫਿਰ ਸਾਨੂੰ ਪੂਰੇ ਨੂੰ ਯਕੀਨ ਹੈ ਵੀ ਮਾਨਯ ਨਰਿੰਦਰ ਮੋਦੀ ਜੀ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ 2024 ਦੇ ਵਿੱਚ ਅੱਗੇ ਨਾ ਵੀ ਬੀਜੇਪੀ ਵੱਧ ਵੋਟਾਂ ਨਾਲ ਜਿੱਤ ਕੇ ਆਏਗੀ ਕਿਉਂਕਿ ਸਾਰੀ ਪਾਰਟੀਆਂ ਇਕੱਠੀ ਹੋਣ ਦੀ ਕੋਸ਼ਿਸ਼ ਕਰ ਰਹੀਆਂ ਇੱਕ ਦੂਜੇ ਨੂੰ ਕਹਿ ਰਹੇ ਨੇ ਪਰ ਕਾਂਗਰਸ ਦੀ ਆਮ ਪਾਰਟੀ ਨਾਲ ਨਹੀਂ ਨਿਭ ਸਕਣੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਕਾਂਗਰਸ ਦੇ ਲੀਡਰਾਂ ਨੂੰ ਨਿਪ ਵਿਜੀਲੈਂਸ ਦੇ ਉੱਥੇ ਬੁਲਾਉਂਦੀ ਹੈ ਤਾਂ ਇਹ ਜਿਹੜੀਆਂ ਇਸ ਤਰੀਕੇ 'ਤੇ ਪਾਰਟੀ ਨੇ ਮੇਰੇ ਖਿਆਲ ਪ੍ਰੋਟੈਸਟ ਵੀ ਕੀਤਾ ਦਿੱਲੀ ਆਪਣੀ ਹਾਈ ਕਮਾਂਡ ਕੋਲ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਨਹੀਂ ਚੱਲ ਸਕਦੇ। ਸੋ ਇਹ ਸਾਰਾ ਕੁਝ ਵੇਖਣ ਦੀ ਲੋੜ ਹੈ ਜਦੋਂ ਇੰਡੀਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕੋਈ ਥ੍ਰੈਟ ਨਹੀਂ। ਮੈਂ ਸਮਝਦਾ ਥ੍ਰੈਟ ਇਸ ਕਰਕੇ ਵੀ ਨਹੀਂ ਕਿਉਂਕਿ ਕੰਮ ਕਾਰ ਵੇਖਦੇ ਲੋਕ ਅੱਜ ਸੜਕਾਂ ਦਾ ਨੈਟਵਰਕ ਵੇਖ ਲਓ ਅੱਜ ਡਿਵੈਲਪਮੈਂਟ ਦਾ ਇੰਡਸਟਰੀ ਵੇਖ ਲਓ ਅੱਜ ਵਰਲਡ ਓਵਰ ਜਿਹੜਾ ਇੰਡੀਆ ਦਾ ਸਟੇਟਸ ਹੈ ਅੱਜ ਜਿੱਥੇ ਮੋਦੀ ਸਾਹਿਬ ਨੇ ਅਮੈਰੀਕਾ ਵਰਗੇ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਵਰਗੇ ਪ੍ਰਾਈਮ ਮਿਨਿਸਟਰ ਕੈਨੇਡਾ ਵਰਗੇ ਪ੍ਰਾਈਮ ਮਿਨਿਸਟਰਾਂ ਦੇ ਨਾਲ ਆਪਣਾ ਕੌਨਫੀਡੈਂਸ ਦਾ ਲੈਵਲ ਵਧਾਇਆ ਇੰਡੀਆ ਦਾ ਔਰ ਜਿਹੜਾ ਮਾਣ ਵਧਾਇਆ ਮੈਂ ਸਮਝਦਾ ਉਹ ਕਾਬਲੇ ਤਾਰੀਫ ਹੈ। ਜਦੋਂ ਤੁਸੀਂ ਇੰਟਰਨੈਸ਼ਨਲੀ ਇੱਕ ਲੀਡਰ ਔਰ ਇੱਕ ਕੰਟਰੀ ਜਿਹਨੂੰ ਲੋਕ ਪਸੰਦ ਅਤੇ ਪਿਆਰ ਕਰਨ ਲੱਗ ਪੈਣ ਉਹ ਫਿਰ ਅਲਟੀਮੇਟਲੀ ਉਹਦਾ ਨਾਂ ਅਤੇ ਉਹਦਾ ਰੁਤਬਾ ਬਹੁਤ ਹੈ। ਜ਼ਿਲ੍ਹੇ ਗੁਰਦਾਸਪੁਰ ਦੀ ਜ਼ਿਲ੍ਹੇ ਗੁਰਦਾਸਪੁਰ ਦੀ ਅਸੀਂ ਪੂਰੇ ਹੋਮ ਆ ਕੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਜਿਹੜਾ ਰਸ਼ ਕਰਾਂਗੇ ਅਸੀਂ ਐਕਸਪੈਕਟ ਕਰ ਰਹੇ ਹਾਂ ਵੀ ਵੱਡੀ ਰੈਲੀ ਕੀਤੀ ਜਾਏ ਘੱਟ ਤੋਂ ਘੱਟ 40-50 ਹਜ਼ਾਰ ਬੰਦੇ ਦਾ ਇਕੱਠ ਕਰੀਏ ਅਤੇ ਕਰਾਂਗੇ ਗੁਰਦਾਸਪੁਰ ਜ਼ਿਲ੍ਹੇ ਓਕੇ। ਆਮ ਆਦਮੀ ਪਾਰਟੀ ਦਾ ਜਿਹੜਾ ਨਜ਼ਰੀਆ ਉਹ ਇੱਕ ਅਨਾਰਕੀ ਵਾਲਾ ਇੱਕ ਡੰਡਾ ਜਿਹਨੂੰ ਕਹਿੰਦੇ ਨੇ ਡੰਡਿਆਂ ਵਾਲੀ ਇਹ ਸਰਕਾਰ ਅਲਟੀਮੇਟਲੀ ਕਲਾਏਗੀ। ਕਿਸੇ ਨੂੰ ਵਿਜੀਲੈਂਸ ਦੇ ਦਿੱਤਾ ਕਿਸੇ ਨੂੰ ਪੁਲਿਸ ਕੋ ਘਟਾ ਦਿੱਤਾ। ਦੇਖੋ ਹੁਣ ਇੱਕ ਹਮੇਸ਼ਾ ਪ੍ਰੋਟੈਸਟ ਚੱਲਦੇ ਸੀ ਕਾਂਗਰਸ ਦੀ ਸਰਕਾਰ ਵੇਲੇ ਵੀ ਚੱਲੇ ਅਕਾਲੀਆਂ ਵੇਲੇ ਵੀ ਚੱਲੇ ਪਰ ਲੋਕਾਂ ਨੂੰ ਇੱਦਾਂ ਉਠਾ ਕੇ ਤਾਂ ਕਦੀ ਵੀ ਨਹੀਂ ਸੀ ਕੀਤਾ। ਹੁਣ ਮਾਨਸੇ ਇਹਨਾਂ ਨੇ ਕੈਬਨਿਟ ਕੀਤੀ ਅੱਜ ਤੋਂ 3 ਦਿਨ ਮਾਨਸੇ ਦੇ ਵਿੱਚ ਤੁਸੀਂ ਦੱਸੋ ਸਾਰੀ ਬਰਾਤ ਲਾਲਾ ਜੀ ਲੈ ਕੇ ਉੱਥੇ ਚਲੇ ਗਏ ਭਗਵੰਤ ਮਾਨ ਜੀ ਉਹਦਾ ਮਤਲਬ ਕੀ ਸੀ? ਜੇ ਮੂਸੇ ਵਾਲੇ ਦੇ ਫਾਦਰ ਉਹਨਾਂ ਨੂੰ ਮਿਲਣ ਲਈ ਆਏ ਤੇ ਉਹਨਾਂ ਨੂੰ ਪੁਲਿਸ ਨੇ ਨਹੀਂ ਮਿਲਣ ਦਿੱਤਾ। ਜੇ ਉੱਥੇ ਪ੍ਰੋਟੈਸਟ ਇੱਕ ਐਂਟੀ ਡਰੱਗ ਉੱਥੇ ਐਸੋਸੀਏਸ਼ਨ ਹੈਗੀ ਹੈ ਉਹ ਇਹਨਾਂ ਨੂੰ ਮਿਲਣ ਲਈ ਆਏ ਕੋਈ ਸਲਾਹ ਕਰਨੀ ਸੀ ਮੁੱਖ ਮੰਤਰੀ ਨੇ ਨਹੀਂ ਮਿਲੇ। ਕਿਸਾਨ ਡੈਲੀਗੇਸ਼ਨ ਮਿਲਿਆ ਨਹੀਂ ਮਿਲੇ। ਕੋਈ ਪ੍ਰੋਜੈਕਟ ਉੱਥੇ ਕੋਈ ਡਿਵੈਲਪਮੈਂਟ ਦਾ ਪੈਸਾ ਦਿੱਤਾ ਨਹੀਂ ਦਿੱਤਾ ਤੇ ਫਿਰ ਮਾਨਸੇ ਜਾ ਕੇ ਕੀ ਕਰਨਾ ਸੀ? ਇਹ 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 ਤਬਲੀਗ ਤੇ ਤੁਸੀਂ ਚੰਡੀਗੜ੍ਹ ਹੀ ਵਜਾ ਲੈਂਦੇ ਉਹ ਤੁਸੀਂ ਝੂਠ ਸੱਚ ਬੋਲਣਾ ਚੰਡੀਗੜ੍ਹ ਬਹਿ ਕੇ ਬੋਲ ਦਿੰਦੇ। ਮਾਨਸੇ ਜਾ ਕੇ ਮਾਨਸੇ ਦੇ ਲੋਕਾਂ ਦਾ ਅਪਮਾਨ ਕੀਤਾ ਪੰਜਾਬ ਦਾ ਖਜ਼ਾਨਾ ਉਜਾੜਿਆ ਕਰੋੜਾਂ ਰੁਪਈਏ ਉੱਥੇ ਇਹਨਾਂ ਨੇ ਉਹਦਾ ਖਰਚਾ ਵਿਖਾਇਆ ਹੋਣਾ ਉਹਦਾ ਫਾਇਦਾ ਕੀ ਹੈ? ਜਾਂ ਤਾਂ ਮਾਨਸੇ ਜ਼ਿਲ੍ਹੇ ਨੂੰ ਕੋਈ 100-200 ਕਰੋੜ ਦਾ ਕੋਈ ਪ੍ਰੋਜੈਕਟ ਹੀ ਉੱਥੇ ਕਰਾਂਗੇ। ਇਹ ਜਿਹੜੀ ਡਫਲੀ ਜੀ ਵਜਾਈ ਜਾਂਦੇ ਨੇ ਨਾ ਇਹ ਬੜੀ ਛੇਤੀ ਇਹਦੀ ਆਵਾਜ਼ ਨਿਕਲ ਜਾਣੀ ਹੈ ਵਕਤ ਮਾਰੇਗਾ। ਅਸੀਂ ਚਾਹੁੰਦੇ ਹਾਂ ਵੀ ਸਰਕਾਰ ਚੰਗਾ ਕਰੇ ਸੂਬੇ ਨੂੰ ਜਿਹੜੀ ਇਹ ਇੱਕ ਵਾਰ ਡਿਵੈਲਪਮੈਂਟ ਦੇ ਨੀਹਾਂ 'ਤੇ ਲੈ ਕੇ ਆਏ ਕਹਿ ਕੇ ਨਹੀਂ ਕਰਕੇ ਵਿਖਾ। ਸਾਰੀ ਇੰਡਸਟਰੀ ਪੰਜਾਬ 'ਚੋਂ ਬਾਹਰ ਜਾ ਰਹੀ ਹੈ ਛੋਟੇ ਜਿਹੇ
जे तुसी वेखो दिनों दिन ताडी बेरोजगारी वधनी है, इंडस्ट्री का हाल बहुत मंदा है पंजाब दे विच। सो वी विश देम ऑल द बेस्ट। असी चाहते हैं भी भगवंत सिंह मान को चंगा पंजाब भी करे और जेडे हालात है बीजेपी उन्होंने ठोक के अपना अं अपना जलवा विखावे और आने वाले 24 दे विच अं पंजाब दीआं सीटां जित लवांगे।